ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ। ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਫਿਰ ਆਪਾਂ ਇੱਕ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਬਾਈ ਸਿੱਧੂ ਨੇ ਇਹ ਗੱਡੀ ਸਿੱਧੂ ਦੀ ਤਿਆਰ ਕਰੀ ਹੈ ਗੱਡੀ ਹੁਣ ਤੇ ਇਹਦੇ ਵਿੱਚ ਜਮਾਂ ਸਿੰਪਲ ਕੰਮ ਹੋਇਆ ਤੇ ਬਾਈ ਨੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਆਪਾਂ ਵੀ ਇਹਦੇ ਵਿੱਚ ਕੀ ਪਾਰਟਸ ਦੇ ਕਿਹੜਾ ਇੰਜਨ ਹੈ ਕਿਹੜਾ ਗੇਅਰ ਹੈ ਹਨਾ ਉਹਦੇ ਬਾਰੇ ਪੂਰੇ ਟੌਪਿਕ ਤੇ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਇਹਨੂੰ ਪੂਰੀ ਵੀਡੀਓ ਦੇਖਿਆ ਕਰੋ ਤਾਂ ਕਿ ਆਪਾਂ ਨੂੰ ਜਿਹੜੀ ਨੌਲੇਜ ਹੈ ਜੀਪ ਬਾਰੇ ਉਹ ਪੂਰੀ ਪ੍ਰੋਪਰ ਮਿਲੂਗੀ। ਤਾਂ ਹਾਂਜੀ ਆਪਾਂ ਗੱਲ ਕਰਦੇ ਹਾਂ ਬਾਈ ਸਿੱਧੂ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਬਹੁਤ ਵਧੀਆ ਜੀ। ਪਹਿਲਾਂ ਤਾਂ ਮੇਰਾ ਇੱਕ ਹੱਥ ਜੋੜ ਕੇ ਬੇਨਤੀ ਹੈ ਮੇਰੇ ਜਿਹੜੇ ਫੋਲੋਵਰ ਹੈਗੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਨ, ਅੱਗੇ ਸ਼ੇਅਰ ਕਰਨਾ, ਹਜ਼ਾਰਾਂ ਲੋਕਾਂ ਕੋਲ ਵੀਡੀਓ ਜਾਵੇਗੀ ਇਹ, ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣ। ਇਹਦਾ ਰੇਟ ਦਾ, ਜੋ ਇਹਦਾ ਪ੍ਰਾਈਜ਼ ਹੈ ਗੱਡੀ ਦਾ, ਜੋ ਇਹਦੀ ਡਿਟੇਲ ਆ, ਤੁਹਾਨੂੰ ਸਾਰੀ ਮਿਲ ਸਕੇ, ਪੂਰੀ ਪ੍ਰੋਪਰ ਇਹਦੀ ਡਿਟੇਲ ਦੇਵਾਂਗੇ ਤੁਹਾਨੂੰ। ਤੇ ਆਪਾਂ ਗੱਲ ਕਰਦੇ ਹਾਂ ਬਾਈ ਸਿੱਧੂ, ਸਾਨੂੰ ਪਰ ਇਹਦੇ ਇੰਜਨ ਬਾਰੇ ਦੱਸੋ ਕਿਹੜਾ ਇੰਜਨ ਹੈ ਇਹਦੇ ਇਹਦੇ ਵਿੱਚ ਜੀ ਟਵੈਟਾ 2C ਟਰਬੋ ਇੰਜਨ ਹੈ ਜੀ, ਮੇਡ ਇਨ ਜਪਾਨ, ਸ਼ਿਪ ਵਾਲਾ ਇੰਜਨ ਹੁੰਦਾ ਜਿਹੜਾ, ਉਹ ਇੰਜਨ ਵਾਲਾ। ਲਾਇਆ ਆਪਾਂ ਇਸ। ਤੇ ਇਹਦੀ ਜੇ ਆਪਾਂ ਇਹਦੇ ਕਲਰ ਦੀ ਗੱਲ ਕਰੀਏ, ਇਹ 2K ਪੇਂਟ ਆ ਬਾਈ? 2K ਪੇਂਟ ਹੈ ਜੀ, ਕਸਟਮਰ ਨੇ ਚੁਆਇਸ ਨਾਲ ਕਲਰ ਕਰਵਾਇਆ। ਇਹ ਜਿਹੜੀ ਪਹਿਲਾਂ ਮੈਂ ਇਹ ਵੀ ਤੁਹਾਡੇ ਤੋਂ ਗੱਲਬਾਤ ਕਰਦੇ ਹਾਂ ਆਪਾਂ ਵੀ ਜਿਹੜੀ ਇਹ ਵੀਡੀਓ ਪਹਿਲਾਂ ਜੀਪ ਤੁਸੀਂ ਤਿਆਰ ਕਰੀ ਸੀ, ਪਹਿਲਾਂ ਤੁਹਾਡੀ ਪਹਿਲਾਂ ਦੀ ਤਿਆਰ ਕਰੀ ਨਹੀਂ ਜੀ, ਹੋਈ ਹੈ? ਇਹ ਪੁਰਾਣੇ ਕਸਟਮਰ ਆਪਣੇ, ਲੋਕਲ ਡਾਬਲੀ ਨਾਲ, ਪਿੰਡ ਪੰਧਾਲੀ ਕਾ ਛੋਟਾ ਜਿਹਾ ਕਸਬਾ ਆਪਣੇ ਨਾਲ, ਡਾਬਲੀ ਤੋਂ ਤਕਰੀਬਨ 4 ਕਿਲੋਮੀਟਰ ਹੋਊਗਾ। ਆਪਣੇ ਕੋਲ ਕਸਟਮਰ ਵਿਦੇਸ਼ ਤੋਂ ਵੀ ਆ ਜਾਂਦਾ, ਕੈਨੇਡਾ ਤੋਂ, ਜਿਵੇਂ ਬਾਹਰੋਂ ਤਮਿਲਨਾਡੂ ਤੋਂ ਕਸਟਮਰ ਆ ਜਾਂਦਾ। ਇਹ ਆਪਣੇ ਕੋਲ ਲੋਕਲ ਕਸਟਮਰ ਹੈ। ਲੋਕਲ ਕਸਟਮਰ, ਲੋਕਲ ਮਤਲਬ ਕਿ ਇਹਨਾਂ ਨੇ 2010 ਦੇ ਵਿੱਚ ਮੈਥੋਂ ਗੱਡੀ ਤਿਆਰ ਕਰਾਈ ਸੀ, ਆਪਦੀ ਪਰਸਨਲ ਗੱਡੀ ਸੀ ਪੁਰਾਣੀ ਇਹਨਾਂ ਦੀ। ਹੁਣ ਇਹਨਾਂ ਦਾ ਬੇਟਾ ਜਵਾਨ ਹੋ ਗਿਆ, ਅੱਜ ਕੱਲ੍ਹ ਜਿਵੇਂ ਉੱਥੋਂ ਮੁੰਡੇ ਕਾਲਜ ਪੜ੍ਹਦੇ ਆ, ਟ੍ਰੈਂਡ ਚੱਲ ਗਿਆ ਜੀਪ ਦਾ ਦੁਬਾਰੇ, ਫਿਰ ਜੀਪ ਦਾ ਟ੍ਰੈਂਡ, ਮਤਲਬ ਇਹਨਾਂ ਦੀ ਪਰਸਨਲ ਜੀਪ ਰੱਖੀ ਹੈ 000 ਪਹਿਲਾਂ ਦਾ ਲਿਆ ਹੋਇਆ। ਬਾਈ ਤੁਸੀਂ ਆਪ ਨੇ ਲਵਾਇਆ ਕਿ ਪਹਿਲਾਂ? ਨਹੀਂ, ਇਹਨਾਂ ਦਾ ਖੁਦ ਇਹਨਾਂ ਦਾ ਆਪਦੀ ਪਰਸਨਲ ਗੱਡੀ ਹੈ। ਇਹਨਾਂ ਨੇ 2010 'ਚ ਆਪਣੀ ਤਿਆਰ ਕਰਾਈ ਸੀਗੀ, ਹੁਣ ਫਿਰ ਇਹਨਾਂ ਦਾ ਮੁੰਡਾ ਕਹਿੰਦਾ ਵੀ, ਮਤਲਬ ਇਹਨਾਂ ਦਾ ਬੇਟਾ ਕਹਿੰਦਾ ਵੀ ਗੱਡੀ ਦੁਬਾਰੇ ਤਿਆਰ ਕਰਾਉਣੀ ਹੈ, ਦੁਬਾਰੇ ਮੋਡੀਫਾਈ ਕਰਾ ਲਈ। ਹਾਂ, ਜਿਹੜਾ ਕੋਈ ਕੀ ਪਾਰਟਸ ਤੁਸੀਂ ਚੇਂਜ ਕਰਿਆ ਇਹਦੇ ਵਿੱਚ ਹੁਣ? ਇਹਦੇ 'ਚ ਪਹਿਲਾਂ ਆਈਆਂ ਸੀਗਾ DI। ਅੱਛਾ, DI ਦਾ ਸੀ ਪਹਿਲਾਂ? ਹਾਂ, ਉਹ ਕਹਿੰਦੇ ਵੀ ਥੋੜਾ ਸਾਇਲੈਂਟ ਆਵਾਜ਼ ਹੋਵੇ, ਟਵੜਾ ਇੰਜਰ ਖਾ ਲਈ ਆਪਾਂ, ਜਿਵੇਂ ਟਾਇਰ ਸੀਗੇ 16 ਉਹਨਾਂ ਨੇ, ਰਿਮ ਹੋਰ ਸੀਗੇ, ਰਿਮ ਹੋਰ ਬਦਲਾ ਲਏ। ਕੀ 4x4 ਆ ਬਾਈ ਕਿ ਨਹੀਂ? ਨਹੀਂ, 2-wheel ਹੈ। ਅੱਛਾ, ਮਗਲ ਟਾਇਰ ਕੰਮ ਕਰਦੇ ਆ ਜੀ, ਵਿੱਚ ਪਾਵਰ ਸਟੀਅਰਿੰਗ ਪਹਿਲਾਂ ਹੈ ਨਹੀਂ ਸੀਗਾ, ਸਿੰਪਲ ਗੱਡੀ ਸੀ ਪਹਿਲਾਂ ਸਾਦੀ, ਹੁਣ ਉਹਨਾਂ ਨੇ ਪਾਵਰ ਸਟੀਅਰਿੰਗ, ਪਾਵਰ ਬ੍ਰੇਕਾਂ, ਇੰਜਨ ਟਵੈਟਾ ਹੋ ਗਿਆ, ਜਿਵੇਂ ਬਾਡੀ ਸਾਰੀ ਨਵੀਂ ਲਵਾ ਦੀ, ਗਲ ਗਈ ਸੀ ਬਾਡੀ, ਅੱਜ ਕੱਲ੍ਹ ਪਾਣੀ ਤੁਹਾਨੂੰ ਪਤਾ ਮਾੜੇ ਆ ਕਿਵੇਂ ਨਾ, ਜਿਵੇਂ ਤੁਹਾਡੇ ਕੋਲ ਆਨਲਾਈਨ ਬੁਕਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਹਾਂਜੀ ਹਾਂਜੀ। ਤੇ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਫਿਰ ਕਿੰਨੇ ਟਾਈਮ 'ਚ ਤੁਸੀਂ ਇਹ ਪ੍ਰੋਪਰ ਗੱਡੀ ਤਿਆਰ? ਇਹ ਜੀ ਟਾਈਮ 2 ਮਹੀਨੇ ਲੱਗ ਜਾਂਦੇ ਜੀਪ 'ਤੇ, ਵਧੀਆ ਕੰਮ ਕਰਨਾ ਹੋਵੇ ਤਾਂ। ਜੇ ਮੰਨ ਲਓ ਜਾ ਆਪਾਂ ਜਲਦੀ ਕਰਨੀ, ਮਹੀਨੇ 'ਚ ਵੀ ਹੋ ਜਾਂਦੀ ਹੈ, ਫਿਰ ਉਹ ਤਾਂ ਪੇਂਟ ਦੀ ਕੁਆਲਿਟੀ ਨਹੀਂ ਬਣਦੀ ਉਹਦੇ ਵਿੱਚ। ਆਪਾਂ ਇਹ ਗੱਡੀ ਦੇ ਜੇ ਗੱਲ ਕਰੀਏ, ਇਹਦਾ ਬੋਨਟ ਆਪਾਂ ਚੱਕ ਕੇ, ਹਾਂ ਬਿਲਕੁਲ, ਮਾੜਾ ਜਿਹਾ ਨਜ਼ਦੀਕ ਆਓ ਕਿ ਇਹਦਾ ਹਾਂਜੀ ਟਵੈਟਾ ਇੰਜਨ ਹੈ, ਐਕਸਾਈਡ ਦੀ ਬੈਟਰੀ, ਕੰਪਨੀ ਦਾ ਰੇਡੀਏਟਰ ਸਾਰਾ, ਮਤਲਬ ਵਧੀਆ ਫਿਨਿਸ਼ਿੰਗ ਕੁਆਲਿਟੀ, ਬ੍ਰੇਕ ਬੂਸਟਰ ਤੱਕ ਨਵਾਂ ਲੱਗਿਆ ਹੋਇਆ ਜੀ ਇਹਦੇ ਵਿੱਚ। ਰੇਡੀਏਟਰ ਵੀ ਜਮਾਂ ਫਰੈਸ਼? ਹਾਂਜੀ, ਨਵਾਂ ਬਿਲਕੁਲ ਫਰੈਸ਼। ਓਕੇ ਭਾਈ। ਹਾਂਜੀ, ਤੇ ਬਾਕੀ ਗ੍ਰਿਲ ਦੀ ਆਪਾਂ ਗੱਲ ਕਰੀਏ ਹੈ ਨਾ, ਇਹ ਨਾ ਇਹ ਗ੍ਰਿਲ ਤਾਂ ਜਿਵੇਂ ਛੋਟੀ ਬਾਡੀ ਗੱਡੀ ਮਿਲਟਰੀ ਆਉਂਦੀ ਸੀ ਪੈਟਰੋਲ ਕੰਪਨੀ ਵੱਲੋਂ, ਅੱਜ ਕੱਲ੍ਹ ਜਿਵੇਂ ਪਹਿਲਾਂ ਪੈਟਰੋਲ ਦੀ ਗੱਡੀ ਆਉਂਦੀ ਸੀਗੀ, ਇਹ CJ3 ਵਾਲਾ ਮਾਡਲ ਵੱਜਦਾ ਗਾ, ਚੈਸੀ ਪਤਲੀ ਹੁੰਦੀ ਹੈ ਇੱਥੋਂ ਦੀ, ਮਤਲਬ ਸਾਰਾ ਚੀਜ਼ ਜਿਵੇਂ ਜਿਵੇਂ ਇੱਕ ਆ ਲੈਟ ਹੋ ਗਈ ਮੂਹਰੇ HID, ਇਹਨਾਂ ਨੇ ਆਪਣੀ ਚੁਆਇਸ ਤੇ ਲਵਾਈ ਹੈ ਵੀ ਲੋਕਾਂ ਵਿੱਚ ਚੰਗੀ ਲੱਗਦੀ ਹੈ, ਲਾਈਟ ਵੀ ਚੰਗੀ ਹੈ ਇਹਦੀ। ਨਹੀਂ, ਲਾਈਟ ਦਾ ਜਿਹੜੀ ਇਹਦੀ ਲਾਈਟ ਹੈ, ਹਾਂਜੀ, ਸੋਹਣੀ ਬਹੁਤ ਲੱਗੀ, ਇੱਕ ਜਮਾ ਸਿੰਪਲ ਤਿਆਰ ਹੋਈ ਵੀ ਹੈ, ਬਿਲਕੁਲ ਸਿੰਪਲ ਸਾਦੀ ਗੱਡੀ, ਜਿਵੇਂ ਕਿ ਆਪਣਾ ਪੰਜਾਬੀ ਸਿੰਗਰ ਨਹੀਂ ਗਾ ਸਿੱਧੂ ਮੂਸੇਵਾਲਾ, ਸਿੱਧੂ ਮੂਸੇਵਾਲਾ, ਹਾਂ ਹਾਂ, ਉਹਦੇ ਕੋਲ ਗੱਡੀ ਤਿਆਰ ਕੀਤੀ ਹੋਈ ਹੈ, ਉਹ ਵੀ ਆਪਣੀ ਡੱਬ ਵਾਲੀ 'ਚ ਤਿਆਰ ਹੋਈ, ਆਪਾਂ ਨੇ ਕੀਤੀ, ਪਰ ਜੋ ਪੇਂਟਰ ਨੇ ਪੇਂਟ ਕੀਤਾ ਉਸੇ ਪੇਂਟਰ ਨੇ ਗੱਡੀ ਉਹ ਪੇਂਟ ਕੀਤੀ ਸੀਗੀ। ਜਿਹੜੇ ਟਾਇਰ ਹੈ ਇਹਦੇ, ਇਹ ਟਾਇਰ ਰਿਮ ਮਿਲਟਰੀ ਵਾਲਾ ਹੈ ਜੀ, ਇਹ ਮਤਲਬ ਟਾਇਰ ਦੀ ਹਾਈਟ ਜ਼ਿਆਦਾ ਹੈ, 716 ਟਾਇਰ ਪਾਇਆ, ਤਾਂ ਕਿ ਇਹਦੀ ਲੁੱਕ ਬਹੁਤ ਚੰਗੀ ਆ ਰਹੀ ਹੈ ਗੱਡੀ ਦੀ, ਲੁੱਕ ਬਹੁਤ ਵਧੀਆ। ਹਾਂ ਬਿਲਕੁਲ ਬਿਲਕੁਲ। ਬਾਕੀ ਆ ਜੇ ਪਿੱਤਲ ਆਪਾਂ ਇਹਦੀ ਸੀਟਾਂ ਬਾਰੇ ਬਾਈ ਜੀ ਗੱਲ ਕਰੀਏ, ਜਿਹੜੇ ਸੀਟਾਂ ਲੈਦਰ ਜੀ, ਬਹੁਤ ਵਧੀਆ ਤੁਸੀਂ ਇਹ ਨਾ ਜਿਹੜਾ ਮੈਨੂੰ ਇੱਕ ਗ੍ਰੇ ਸਾਈਡ ਦੀ ਵਧੀਆ ਲੱਗ ਰਹੀ ਹੈ ਜੀ। ਨਹੀਂ ਜੀ, ਸਪੈਸ਼ਲ ਕੱਪੜਾ ਲਾਇਆ, ਵਧੀਆ ਲੈਦਰ ਦਾ ਇਹਦੇ 'ਤੇ, ਮਤਲਬ ਹਰ ਚੀਜ਼ ਨੂੰ ਕੁਆਲਿਟੀ ਵਰਕ ਕੰਮ ਕੀਤਾ ਗਿਆ, ਮੈਟਿੰਗ ਤੋਂ ਲੈ ਕੇ ਸੀਟ ਵਰਕ ਦਾ ਕੰਮ ਹੋ ਗਿਆ, ਜਿਵੇਂ ਹੁੱਡ ਦਾ ਕੰਮ ਹੋ ਗਿਆ, ਅੰਦਰ ਸਿਲੀਕੋਨ ਪੇਂਟ ਕੁਆਲਿਟੀ ਹੋ ਗਈ, ਜਿਵੇਂ ਜਿਹੜੀ ਆ ਸੀਟ ਹੈ ਪਿੱਛੇ ਫੋਲਡਿੰਗ ਸੀਟ ਲੱਗੀ ਹੋਈ ਹੈ। ਬਾਕੀ ਅੱਜ ਕੱਲ੍ਹ ਜਿਵੇਂ ਤੁਸੀਂ ਮਾੜਾ ਜਿਹਾ ਦਿਖਾਓਗੇ, ਆਹ ਚੀਜ਼ ਲਾ ਦਿੰਦੇ ਹਾਂ ਸ਼ੀਟ ਇੱਕ, ਇਹ ਸ਼ੀਟ ਕਿਉਂ ਲਾਉਣੇ ਆ ਵੀ ਅੱਜ ਕੱਲ੍ਹ ਗਾਰਾ ਫਸ ਜਾਂਦਾ, ਗਲਦੀ ਗਲਦੀ ਨਹੀਂ ਇੱਥੋਂ, ਇੱਥੋਂ ਗਲਦੀ ਨਹੀਂ, ਇਹ ਮਤਲਬ ਜਪਾਨੀ ਸ਼ੀਟ ਹੁੰਦੀ ਹੈ ਅਤੇ ਗਾਰਾ ਖੜਦਾ ਵੀ ਹੈ ਨਹੀਂ, ਮਤਲਬ ਡਿੱਗ ਪੈਂਦਾ ਥੱਲੇ, ਠੀਕ ਹੈ ਠੀਕ, ਅੰਦਰੋਂ ਗਲਦੀ ਨਹੀਂ। ਬਾਕੀ ਜਿਹੜੀ ਬੈਕ ਹੁੰਦੀ ਹੈ, ਜਿਵੇਂ ਸਟਿਪਨੀ ਉਹਨਾਂ ਨੇ ਲਾਉਣੀ ਪਸੰਦ ਨਹੀਂ ਕੀਤੀ, ਕਹਿੰਦੇ ਸਾਨੂੰ ਦੂਰ ਜ਼ਿਆਦਾ ਚਲਾਉਣੀ, ਲੋਕਲ ਰੱਖਣੀ ਗੱਡੀ ਉਹਨਾਂ ਨੇ, ਮਤਲਬ ਜੋ ਸਿੰਪਲ ਜਿਵੇਂ
ਇੱਥੋਂ ਨਾ ਟਾਈਟ ਆ ਮੜੀ ਜੀ ਇਹ ਸੀ ਢੋ ਆਏ ਹੋ ਜਾਂਦੀ ਹੈ ਤਾਂ ਆ ਚੀਜ਼ ਆਏ ਹੋ ਜਾਂਦੀ ਹਾਂ ਹਾਂ ਬਾਕੀ ਤਕਰੀਬਨ ਲੁੱਕ ਜਿਵੇਂ ਮਿਲਟਰੀ ਗੱਡੀ ਹੁੰਦੀ ਹੈ ਜੈਨਨ ਸਾਰੀ ਉਵੇਂ ਹੀ ਹੈ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਜੇ ਆਪਣਾ ਪੰਜਾਬੀ ਕੋਈ ਵੀਰ ਆਪਣਾ ਫੋਰਨ ਬੈਠਾ ਹੈ ਜੇ ਕਿਸੇ ਨੇ ਮਤਲਬ ਫੋਰਨ ਲਈ ਵੀ ਗੱਡੀ ਬਾਈ ਨਾਲ ਤਿਆਰ ਕਰਵਾਉਣੀ ਹੈ ਇਹਨਾਂ ਦੇ ਕਾਫੀ ਸਾਰੀ ਇਹਨਾਂ ਦਾ ਆਪਦਾ ਯੂਟਿਊਬ ਚੈਨਲ ਵੀ ਹੈ ਜਿੱਤੇ ਸਿੱਧੂ ਮੋਟਰਸ ਦੇ ਨਾਮ ਤੇ ਹੈ ਇਹਨਾਂ ਦਾ ਯੂਟਿਊਬ ਚੈਨਲ ਵੀ ਹੈ ਤੇ ਇੰਸਟਾ ਦਾ ਵੀ ਬਣੀ ਹੋਈ ਹੈ ਆਈਡੀ ਤਾਂ ਜੇ ਕਿਸੇ ਨੇ ਮਤਲਬ ਇਸ ਤਰ੍ਹਾਂ ਜੀ ਮਤਲਬ ਜਿਵੇਂ ਆਪਾਂ ਨੂੰ ਕਸਟਮਰ ਕਾਲ ਕਰਦੇ ਅੱਜ ਕੱਲ ਵੀ ਫੋਟੋ ਭੇਜੋ ਮੈਨੂੰ ਜਾਂ ਵੀਡੀਓ ਭੇਜੋ ਹਨਾ ਹਾਂਜੀ ਤਾਂ ਕਿ ਆਪਣਾ ਚੈਨਲ ਤਾਂ ਹੈਗਾ ਨੀਚੇ ਆਪਾਂ ਲਿੰਕ ਦੇ ਰੱਖਿਆ ਇੰਸਟਾਗ੍ਰਾਮ ਦਾ ਫੇਸਬੁੱਕ ਦਾ ਹਨਾ ਹਾਂਜੀ ਉਹਨੂੰ ਤੁਸੀਂ ਲਿੰਕ ਓਪਨ ਕਰੋਗੇ ਤੁਹਾਨੂੰ ਇੰਸਟਾਗ੍ਰਾਮ ਖੁੱਲ ਜੂਗਾ ਜਿਵੇਂ ਆਪਣੀ ਆਈਡੀ ਸਿੱਧੂ ਮੋਟਰ ਦੇ ਨਾਮ ਤੇ ਤੁਸੀਂ ਦੇਖਦੇ ਹੋ ਹਾਂਜੀ ਇੰਸਟਾਗ੍ਰਾਮ ਦੀ ਹੈ ਇਹਨੂੰ ਓਪਨ ਕਰੋਗੇ ਤੋਂ ਫੋਟੋ ਸਿਲੈਕਟ ਕਰਕੇ ਸਕਰੀਨਸ਼ਾਟ ਕਰਕੇ ਤੁਸੀਂ ਮੈਨੂੰ ਭੇਜੋ WhatsApp ਤੇ ਤੇ ਉਹਦਾ ਮੈਂ ਤੁਹਾਨੂੰ ਪ੍ਰਾਈਸ ਜੋ ਹੈ ਦੱਸ ਦੂੰਗਾ ਤਕਰੀਬਨ ਪ੍ਰਾਈਸ ਦੀ ਗੱਲ ਕਰੀਏ ਤਾਂ ਆਪਾਂ ਇਹਦਾ ਪ੍ਰਾਈਸ ਜਿਹੜਾ ਹੈਗਾ ਹੈ 470,000 ਰੁਪਏ ਦੀ ਗੱਡੀ ਇਸ ਤਰ੍ਹਾਂ ਤਿਆਰ ਹੋਊਗੀ ਜੇ ਇਦਾਂ ਦੀ ਸਿੰਪਲ ਗੱਡੀ ਤਿਆਰ ਹਾਂ ਅੱਜ ਦਾ ਰੇਟ ਹੈ ਜੀ ਇਹ 2C ਇੰਜਨ ਲਾ ਕੇ ਜੇ ਬਲੈਰੋ ਇੰਜਨ ਲਾਵਾਂਗੇ ਡੀਜ਼ਲ ਦਾ 4.5 ਲੱਖ ਦੀ ਹੋ ਜਾਊਗੀ ਸਿੰਪਲ ਦੀ ਕਾਸਟ ਮਤਲਬ ਵੱਧ ਹੀ ਜਾਊਗੀ ਬਿਲਕੁਲ ਬਿਲਕੁਲ ਮਤਲਬ ਕਿ ਤਕਰੀਬਨ ਅੱਜ ਦਾ ਰੇਟ ਤੇ ਕੱਲ ਦਾ ਫਰਕ ਹੈ ਜਿਵੇਂ ਨਹੀਂ ਉਹ ਤਾਂ ਮਹਿੰਗਾਈ ਦੇ ਹਿਸਾਬ ਨਾਲ ਇਹ ਤਾਂ ਕਸਟਮਰ ਨੂੰ ਵੀ ਪਤਾ ਜੇ ਆਪਾਂ ਅੱਜ ਦੀ ਵੀਡੀਓ ਦੀ ਗੱਲ ਕਰੀਏ ਤਾਂ ਅੱਜ ਦਾ ਰੇਟ ਦੱਸ ਰਿਹਾ ਬਾਈ ਜੇ 2023 ਜਾਂ 24 ਤੱਕ ਬੰਦਾ ਕੋਈ ਵੀਡੀਓ ਦੇਖਦਾ ਹਾਂਜੀ ਹਾਂਜੀ ਉਹਦਾ ਰੇਟ ਉਦਾਂ ਦਾ ਹੋਊਗਾ ਕਿਉਂ ਮਹਿੰਗਾਈ ਦੇ ਹਿਸਾਬ ਨਾਲ ਸਿਸਟਮ ਹੈ ਇਹਦਾ ਬਾਕੀ ਇਹ ਆਪਣੀ ਲੋਕੇਸ਼ਨ ਹੈਗੀ ਜੀ ਮੰਡੀ ਡੱਬ ਵਾਲੀ ਡਿਸਟ੍ਰਿਕਟ ਸਿਰਸਾ ਹਰਿਆਣਾ ਨੀਅਰ ਪੰਜਾਬ ਬਠਿੰਡੇ ਦਾ ਪੈਂਦਾ ਹੈਗਾ ਬਾਰਡਰ ਏਰੀਆ ਆਪਾਂ ਨੂੰ ਹਰਿਆਣੇ ਪੰਜਾਬ ਦਾ ਬਾਰਡਰ ਹੈ ਤੁਹਾਡੀ ਲੋਕੇਸ਼ਨ ਹੈ ਜਿਹੜੀ ਬਾਈ ਜੀ ਉਹ ਲੋਕੇਸ਼ਨ ਬਾਰੇ ਥੋੜੀ ਵੈਰੀਫਿਕੇਸ਼ਨ ਕਰਾਓ ਸਾਨੂੰ ਡੱਬ ਵਾਲੀ ਸਿਰਸਾ ਰੋਡ ਜੀ NH9 ਨੀਅਰ ਅਬਾਊਟ ਸੰਦੀਪ ਦਾ ਪੰਪ ਹੈ ਹਾਂਜੀ ਵਾਟਰ ਬਾਕਸ ਜਿਵੇਂ ਆਪਾਂ ਇੱਥੇ ਕਹਿ ਸਕਦੇ ਹਾਂ ਵੀ ਜਿਹੜੀ ਸਤਲੁਜ ਸਕੂਲ ਸੀ ਪਹਿਲਾਂ ਪੁਰਾਣੀ ਹਾਂਜੀ ਬਿਲਕੁਲ ਬਿਲਕੁਲ ਉਸ ਮਾਰਕੀਟ ਦੇ ਵਿੱਚ ਇਹਨਾਂ ਦਾ ਬਾਈ ਦੀ ਸ਼ਾਪ ਹੈਗੀ ਤੇ ਜੇ ਕਿਸੇ ਨੇ ਕੰਟੈਕਟ ਕਰਨਾ ਤਾਂ WhatsApp ਨੰਬਰ ਵੀ ਆਪਾਂ ਮੈਂਸ਼ਨ ਕੀਤਾ ਹੋਇਆ ਹਾਂਜੀ ਬਾਕੀ ਜਿਪਸੀ ਜੀਪ ਥਾਰ ਕਿਸੇ ਨੇ ਕੋਈ ਪੁਰਾਣੀ ਗੱਡੀ ਤਿਆਰ ਕਰਵਾਉਣੀ ਹੈ ਆਪਣੀ ਗੱਡੀ ਪਰਸਨਲ ਹੁੰਦੀ ਹੈ ਅੱਜ ਕੱਲ੍ਹ ਜਿਵੇਂ ਟ੍ਰੈਂਡ ਚੱਲ ਰਿਹਾ ਵਿਦੇਸ਼ ਬੈਠੇ ਵੱਡੇ ਭਰਾ ਆਪਣੇ ਕੋਈ ਪੰਜਾਬੀ ਇੱਕ ਬਾਈ ਮੈਨੂੰ ਐਂ ਦੱਸ ਵੀ ਜਿਵੇਂ ਕਈ ਵਾਰੀ ਕੀ ਹੁੰਦਾ ਹੈ ਕਿਸੇ ਕੋਲੇ ਗੱਡੀ ਖੜੀ ਹੈ ਹਾਂਜੀ ਕਈ ਬਹੁਤ ਸਵਾਦ ਵੀ ਮੈਨੂੰ ਲੱਗਦਾ ਹੈ ਤੇ ਇੱਥੋਂ ਲੈਂਦੇ ਹੋ ਨਹੀਂ ਉਹ ਇਸ ਤਰ੍ਹਾਂ ਹੁੰਦਾ ਜੀ ਸਵਾਦ ਵਾਲੀ ਗੱਲ ਇਸ ਤਰ੍ਹਾਂ ਹੋ ਜਾਂਦੀ ਵੀ ਜੀ ਤਾਂ ਕਰਦਾ ਹਰ ਬੰਦੇ ਦਾ ਗੱਡੀ ਲੈਣ ਨੂੰ ਜੀਪ ਲੈਣ ਨੂੰ ਵੀ ਜੀਪ ਨੂੰ ਦੇਖ ਲਿਆ ਵੀ ਜਿਹਦਾ ਜਿਹੜਾ ਜੀਪ ਦਾ ਟ੍ਰੈਂਡ ਜਾਂਦਾ ਨਹੀਂ ਇਹ ਮੇਰੇ ਹਿਸਾਬ ਨਾਲ ਵੀ ਆਉਣ ਵਾਲੇ ਆਪਾਂ ਤਾਂ ਰਹਿਣਾ ਕਿੰਜ ਰਹਿਣਾ 100 ਸਾਲਾਂ ਤੱਕ ਵੀ ਗੱਡੀ ਦਾ ਟ੍ਰੈਂਡ ਰਹਿਣਾ ਹੈ ਟ੍ਰੈਂਡ ਰਹਿਣਾ ਇਹ ਤੁਹਾਡੀ ਅੱਜ ਕੱਲ ਨਵੇਂ ਜਿਹੜੇ ਬੱਚੇ ਆ ਰਹੇ ਆ ਉਹ ਟ੍ਰੈਂਡ ਚੱਕ ਰਹੇ ਆ ਜੀਪ ਦਾ ਨਹੀਂ ਜੇ ਆਪਾਂ ਹੁਣ ਆਪਾਂ ਗੱਲ ਕਰੀਏ ਜੇ ਜਿਪਸੀ ਦੀ ਗੱਲ ਕਰੀਏ ਹਾਂ ਜਿਪਸੀ ਦਾ ਤੁਸੀਂ ਮੈਨੂੰ ਡੱਬਲ ਚ ਕਿੰਗ ਬਣੇ ਬੈਠੇ ਨਹੀਂ ਜਿਪਸੀ ਆਪਾਂ ਤਾਂ ਨਹੀਂ ਕਹਿੰਦੇ ਦੇਖੋ ਨਹੀਂ ਤੁਸੀਂ ਤਾਂ ਨਹੀਂ ਕਹਿੰਦੇ ਸੁਣਦੇ ਹਾਂ ਵੀ ਪ੍ਰਮਾਤਮਾ ਦੀ ਕਿਰਪਾ ਆਪਣੇ ਤੇ ਵਧੀਆ ਵੀ ਆਪਣਾ ਸੋਹਣਾ ਕੰਮ ਜਿਪਸੀ ਦਾ ਜਿਪਸੀ ਚ ਆਪਾਂ ਨੂੰ ਹਰ ਕਸਟਮਰ ਲਾਈਕ ਵੀ ਕਰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਜੀਪਾਂ ਦਾ ਤਿਆਰ ਕਰੀ ਦਿੱਤੇ ਹਾਂ ਕੋਈ ਪਹਿਲਾਂ ਹੁਣ ਸ਼ੌਂਕ ਤੁਸੀਂ ਹੋਰ ਪਾ ਰੱਖਿਆ ਸੋਸ਼ਲ ਮੀਡੀਆ ਦਾ ਟਾਈਮ ਹੈ ਨਹੀਂ ਸੀ ਵੀਰੇ ਪਹਿਲਾਂ ਜੇ ਸੋਸ਼ਲ ਮੀਡੀਆ ਹੁੰਦਾ ਆਪਾਂ ਅੱਜ ਕੱਲ ਪਤਾ ਨਹੀਂ ਕਿੱਥੇ ਜਾ ਵੜਨਾ ਸੀ ਵੀ ਸੋਸ਼ਲ ਮੀਡੀਆ ਹੁਣ ਸ਼ੁਰੂ ਕੀਤਾ ਆਪਾਂ ਵੀਡੀਓ ਬਣਾਉਣੀਆਂ ਹਨਾ ਇਹ ਗੱਡੀਆਂ ਬਹੁਤ ਤਿਆਰ ਕਰਦੀਆਂ ਆਪਾਂ ਕਿਹਦਾ ਹਾਈਆਂ ਨੇ ਜਿਹੜੀ ਆ ਗੱਡੀ ਦੀ ਲੋਕਾਂ ਨੇ ਬਹੁਤ ਸੋਹਣੀ ਗੱਡੀ ਤਿਆਰ ਕੀਤੀ ਹੈ ਇਹਦਾ ਜਿਵੇਂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਕਲਾਕਾਰ ਨਹੀਂ ਇਹਦਾ ਸਿੰਗਰ ਆਪਣਾ ਪੰਜਾਬੀ ਸਿੰਗਰ ਡੈਥ ਹੋ ਗਈ ਜਿਹੜੇ ਦੀ ਬਹੁਤ ਮਾੜਾ ਕੰਮ ਹੋਇਆ ਤੇ ਉਹਨਾਂ ਕੋਲੇ ਗੱਡੀ ਤਿਆਰ ਕੀਤੀ ਹੈ ਜਿਵੇਂ ਅੱਜ ਕੱਲ ਮੇਰੇ ਕੋਲੇ ਕਸਟਮਰ ਤਕਰੀਬਨ ਬਹੁਤ ਆ ਰਹੇ ਛੋਟੀ ਵੱਡੀ ਜੀਪ ਤੇ ਛੋਟੀ ਵੱਡੀ ਕਿਉਂ ਆ ਰਹੇ ਆ ਉਹ ਸਿੱਧੂ ਮੂਸੇ ਵਾਲੇ ਨੇ ਜੀਪ ਤਿਆਰ ਸੇਮ ਇਦਾਂ ਦੀ ਕਰਵਾਈ ਹੈ ਕਲਰ ਉਹਦਾ ਹੋਰ ਹੈ ਹਾਈਟ ਬਿਲਕੁਲ ਸੇਮ ਇਸ ਤਰ੍ਹਾਂ ਤਾਂ ਕਰਕੇ ਉਹਨੂੰ ਲਾਈਕ ਕਰਦੇ ਆ ਕਸਟਮਰ ਠੀਕ ਹੈ ਹਾਂ ਤਾਂ ਤੁਹਾਨੂੰ ਇਹ ਗੱਡੀ ਉਸ ਨੂੰ ਦੇਖ ਕੇ ਮੜਾ ਮੁੰਡਾ ਜਿਹੜਾ ਸਰਪੰਚ ਸਾਹਿਬ ਦਾ ਬੇਟਾ ਗੱਡੀ ਦਾ ਜਿਹੜੀ ਗੱਡੀ ਤਿਆਰ ਕਰਾਈ ਹੈ ਉਹਨੇ ਤਕਰੀਬਨ ਉਹ ਵੀਡੀਓ ਗੱਡੀ ਦੇਖੀ ਮੂਸੇ ਵਾਲੇ ਦੀ ਉਹਨੇ ਵੇਖ ਕੇ ਉਸ ਨੂੰ ਸ਼ੌਂਕ ਜਾਗ ਗਿਆ ਉਹਦਾ ਸ਼ੌਂਕ ਹਾਂ ਮਤਲਬ ਕਹਿ ਸਕਦੇ ਹਾਂ ਵੀ ਆਪਾਂ ਉਹਦੀ ਕਾਪੀ ਬਿਲਕੁਲ ਬਿਲਕੁਲ ਕਾਪੀ ਤਾਂ ਕੀ ਕਰ ਲਈ ਤਕਰੀਬਨ ਜੀਪ ਇਸ ਤਰ੍ਹਾਂ ਹੀ ਹੁੰਦੀ ਹੈ ਛੋਟੀ ਵੱਡੀ ਸਾਰੀ ਤੇ ਉਹ ਸਿੰਪਲ ਉਹਨਾਂ ਕੋਲੇ ਸਿੰਪਲ ਆਪਾਂ ਤਿਆਰ ਕਰਤੀ ਤਾਂ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਾਕੀ ਕਈ ਵਾਰੀ ਕਸਟਮਰ ਕਾਲ ਕਰਦੇ ਆ 2-2.5 ਲੱਖ ਦੀ ਗੱਡੀ ਪੁਰਾਣੀ ਹੈਗੀ ਜਾਂ ਨਵੀਂ ਤਿਆਰ ਹੋ ਜੂਗੀ ਨਹੀਂ ਹੁੰਦੀ ਵੀਰ ਜੀ ਤਕਰੀਬਨ ਜੀਪ ਹੈ ਜਿਹੜੀ 4.5 ਤੋਂ ਸਟਾਰਟ ਹੈ ਜਿਪਸੀ ਹੈ 5.5 ਤੋਂ ਸਟਾਰਟ ਹੈ ਜੀ ਬਾਕੀ ਜਿਵੇਂ ਦੇ ਪੈਸੇ ਲਾਵਾਂਗੇ ਉਹ ਜਿਹਾ ਕੰਮ ਹੋ ਜਾਣਾ ਆਪਣਾ ਹਨਾ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਵੀਰ ਜੀ ਬਹੁਤ ਬਹੁਤ ਧੰਨਵਾਦ ਛੋਟੀ ਜੀ ਵੀਡੀਓ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਸਾਰੀ ਜਿਹੜੀ ਜੀਪ ਦੀ ਮੋਡੀਫਿਕੇਸ਼ਨ ਕੀਤੀ ਹੋਈ ਤੁਹਾਨੂੰ ਸਾਰੀ ਫੀਚਰ ਬਾਰੇ ਵੀ ਆਪਾਂ ਗੱਲ ਕਰਾਂਗੇ ਹਾਂਜੀ ਤੇ ਇਹਦੇ ਵਿੱਚ ਜਿਹੜਾ ਪਾਰਟਸ ਹੈ ਉਹ ਤੁਹਾਨੂੰ ਪ੍ਰੋਪਰ ਪੂਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰਿਓ